ਰੋਹਤਕ ਜਿਹੜਾ ਉਹਨਾਂ ਦਾ ਘਰ ਹੈ ਉੱਥੇ ਛਾਪੇਮਾਰੀ ਕੀਤੀ ਗਈ ਤਾਂ 30 ਠਿਕਾਣੇ ਨੇ ਜਿਨ੍ਹਾਂ 'ਤੇ ਛਾਪੇਮਾਰੀ CBI ਵੱਲੋਂ ਅੱਜ ਕੀਤੀ ਗਈ ਹੈ ਅਤੇ ਉਹਨਾਂ 'ਚੋਂ ਇੱਕ ਐਕਸਕਲੂਸਿਵ ਤਸਵੀਰਾਂ ਚੰਡੀਗੜ੍ਹ ਦੀਆਂ ਜਿੱਥੇ ਛਾਪੇਮਾਰੀ ਕੀਤੀ ਗਈ ਹੈ। ਸੋਡਾ ਦੇ ਠਿਕਾਣਿਆਂ 'ਤੇ ਛਾਪੇਮਾਰੀ ਹੋਈ ਹੈ। ਪਹਿਲਾਂ ਰੋਹਤਕ ਹੋਈ ਸੀ, ਉਹ ਦੋ ਤਸਵੀਰਾਂ ਵੀ ਤੁਹਾਨੂੰ ਵਿਖਾਉਂਦੇ ਹਾਂ। ਸੋ ਚੰਡੀਗੜ੍ਹ ਅਤੇ ਰੋਹਤਕ ਦੀਆਂ ਤਸਵੀਰਾਂ ਨੇ। ਪਹਿਲੀ ਤਸਵੀਰ ਚੰਡੀਗੜ੍ਹ ਦੀ ਹੈ ਜਿੱਥੇ ਭੁਪਿੰਦਰ ਸਿੰਘ ਹੁੱਡਾ ਦੇ ਫਲੈਟ 'ਤੇ, ਜਿਹੜਾ ਸਰਕਾਰੀ ਫਲੈਟ ਹੈ, ਉੱਥੇ ਛਾਪੇਮਾਰੀ ਕੀਤੀ ਗਈ CBI ਵੱਲੋਂ। ਅਤੇ ਦੂਜੀ ਤਸਵੀਰ ਰੋਹਤਕ ਦੀ ਹੈ ਜਿੱਥੇ ਛਾਪੇਮਾਰੀ ਹੋਈ ਹੈ। ਸੋ ਦੋ ਤਸਵੀਰਾਂ ਤੁਹਾਡੇ ਸਾਹਮਣੇ ਚੰਡੀਗੜ੍ਹ ਅਤੇ ਰੋਹਤਕ ਦੀਆਂ ਤਸਵੀਰਾਂ ਨੇ। ਹਾਲਾਂਕਿ ਰਣ ਸਿੰਘ ਮਾਨ ਦਾ ਬਿਆਨ ਵੀ ਇਸ ਨੂੰ ਲੈ ਕੇ ਸਾਹਮਣੇ ਆਇਆ ਹੈ। ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਚੰਡੀਗੜ੍ਹ ਦੇ ਵਿੱਚ ਕਿਸ ਤਰੀਕੇ ਨਾਲ ਇਹ ਛਾਪੇਮਾਰੀ ਜਿਹੜੀ ਹੈ ਉਹ ਕੀਤੀ ਗਈ ਹੈ। ਸੋ ਬਿਲਕੁਲ ਛਾਪੇਮਾਰੀ ਜਿਹੜੀ ਹੈ ਰੋਹਤਕ ਵੀ ਹੋਈ ਹੈ, ਚੰਡੀਗੜ੍ਹ ਵੀ ਹੋਈ ਹੈ। ਚੰਡੀਗੜ੍ਹ ਦੀਆਂ ਐਕਸਕਲੂਸਿਵ ਤਸਵੀਰਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਵਿਖਾਉਂਦੇ ਹਾਂ। ਮੇਰੇ ਸੰਗਿਆਨ ਮੈਂ ਕਮ ਸੇ ਕਮ ਨਹੀਂ ਹੈ, ਮੈਂ ਇਹੀ ਕਹਿ ਸਕਤਾ ਹੂੰ ਕਿ ਐਸੀ ਕੋਈ ਚੀਜ਼ ਨਹੀਂ ਮਿਲੀ ਜੋ ਜਿਸ ਕੀ ਤਲਾਸ ਮੈਂ ਵੋ ਆਏ। मैंने बहुत साफ तौर पे कहा कि कोई ऐसा डॉक्यूमेंट या उसकी फोटो लेकर के CBI टीम नहीं गई है। और तो किस काम, किस बात के लिए सर्च हो रही थी, बेहतर वही बता सकते। ये क्या लग रहा है आपको, ये मतलब रेडें जो बार बार किए जा रहे हैं, ये जीन जो उपचुनाव हो रहे हैं और जिसकी बहुत हरियाणा की जो राजनीति में जिसकी बहुत ज़्यादा चर्चा है, उस चुनाव को प्रभावित करने का प्रयास है भारतीय जनता पार्टी का थ्रू CBI, यानी CBI की मार्फत वो इस चुनाव को प्रभावित करने की कोशिश में है। लेकिन हरियाणा की जनता सब समझती है और भाजपा और उसके जो छदम सहयोगी हैं, जो छुपे हुए सहयोगी हैं, उनको माकूल जवाब देगी। ओके, थैंक यू। ਸੋ ਬਿਲਕੁਲ ਰਣ ਸਿੰਘ ਮਾਨ ਜਿਹੜੇ ਨੇ ਕਾਂਗਰਸ ਪਾਰਟੀ ਦੇ ਪ੍ਰਵਕਤਾ, ਉਹ ਜਾਣਕਾਰੀ ਦੇ ਰਹੇ ਸੀਗੇ ਕਿ ਆਖਿਰਕਾਰ ਇਹ ਛਾਪੇਮਾਰੀ ਕਿਉਂ ਕੀਤੀ ਗਈ ਹੈ। ਸਾਡੇ ਪੱਤਰਕਾਰ ਸੁਮਿਤ ਜੋਸ਼ੀ ਵੀ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ, ਉਹਨਾਂ ਕੋਲ ਜਾਵਾਂਗੇ, ਉਹਨਾਂ ਤੋਂ ਵੀ ਸਮਝਾਂਗੇ ਕਿ ਆਖਿਰਕਾਰ ਕੀ ਕੁਝ ਜਾਣਕਾਰੀ ਇਸ ਨੂੰ ਲੈ ਕੇ ਨਿਕਲ ਕੇ ਸਾਹਮਣੇ ਆ ਰਹੀ ਹੈ। ਪਰ ਚੰਡੀਗੜ੍ਹ ਦੀਆਂ ਤਸਵੀਰਾਂ, ਐਕਸਕਲੂਸਿਵ ਤਸਵੀਰਾਂ ਲਗਾਤਾਰ ਤੁਹਾਡੇ ਸਾਹਮਣੇ ਜਿੱਥੇ ਹੁੱਡਾ ਦੇ ਘਰ CBI ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਸੁਮਿਤ, ਵਜ੍ਹਾ ਕੀ ਕੁਝ ਨਿਕਲ ਕੇ ਸਾਹਮਣੇ ਆਈ ਹੈ? ਜਿਹੜੇ ਕਿ ਜੇ ਕਹੀਏ ਕਿ 1:30 ਵਜੇ ਦੇ ਕਰੀਬ CBI ਦੀ ਟੀਮ ਹੈ ਜਿਹੜੀ ਭੁਪਿੰਦਰ ਹੁੱਡਾ ਦੇ ਜਿਹੜੇ ਚੰਡੀਗੜ੍ਹ ਨਿਵਾਸ ਹੈ, ਕਿਉਂਕਿ ਪਹਿਲਾਂ ਰੇਡ ਹੈ ਜਿਹੜੀ ਕਿ ਉਹਨਾਂ ਦੇ ਨਿਵਾਸ ਤੇ ਚੱਲ ਰਹੀ ਸੀਗੀ ਹਰਿਆਣਾ ਦੇ ਵਿੱਚ, ਤਾਂ ਹੁਣ ਤੁਸੀਂ ਦਿਖਾ ਦੇਣਾ ਕਿ ਇਸੀ ਜਿਹੜਾ ਕਿ ਉਹਨਾਂ ਦਾ ਸਰਕਾਰੀ ਨਿਵਾਸ ਹੈਗਾ ਉੱਥੇ ਰੇਡ ਕੀਤੀ, 4 ਲੋਕ ਜਿਹੜੀ CBI ਕਰਨੀ ਆਈ ਸੀਗੀ। ਅਤੇ ਉਸ ਤੋਂ ਬਾਅਦ ਹੁਣ ਕਹਿ ਸਕਦੇ ਹੈਗੇ ਕਿ ਜੋ CBI ਦੇ ਮੁਲਾਜ਼ਮ ਸੀਗੇ ਉਹ ਉੱਥੋਂ ਗਏ ਹੈਗੇ ਨੇਗੇ। ਹਾਲਾਂਕਿ
ਜੋ ਮੌਜੂਦ ਹੈਗੇ ਨੇਗੇ ਉਹਨਾਂ ਦੇ ਫਲੈਟ 'ਤੇ ਰਣ ਸਿੰਘ ਉਹਨਾਂ ਦਾ ਸਭ ਤੌਰ 'ਤੇ ਕਹਿਣਾ ਸੀਗਾ ਕਿ ਜੋ ਜਿਹੜੀ ਚੀਜ਼ ਦੀ ਉਹ ਤਲਾਸ਼ 'ਚ ਆਏ ਸੀਗੇ ਉਹ ਚੀਜ਼ ਉਹਨਾਂ ਨੂੰ ਨਹੀਂ ਮਿਲੀ ਹੈਗੀ ਆ। ਹਾਲਾਂਕਿ ਉਹਨਾਂ ਦਾ ਸਭ ਤੌਰ 'ਤੇ ਕਹਿਣਾ ਕਿ ਰੇਡ ਕਹਿ ਸਕਦੇ ਹਾਂ ਕਿ ਕਰੀਬ ਚਾਰ ਘੰਟੇ ਦੇ ਕਰੀਬ ਹੈ ਜਿਹੜੀ ਇਹ 3 ਘੰਟੇ ਦੇ ਕਰੀਬ ਇਹ ਰੇਡ ਚੱਲੀ ਹੈਗੀ ਆ। ਪਰ ਜਿਵੇਂ ਕਿ ਜਿਹੜਾ ਕਿ ਪਲਾਟ ਵੰਡਣ ਦੇ ਮਾਮਲੇ ਨੂੰ ਲੈ ਕੇ ਰੇਡ ਸੀਗੀ, ਕਈ ਠਿਕਾਣਿਆਂ 'ਤੇ ਜਿਹੜੀ ਛਾਪੇਮਾਰੀ ਕੀਤੀ ਗਈ ਸੀ ਅਤੇ ਚੰਡੀਗੜ੍ਹ ਨਿਵਾਸ 'ਤੇ ਵੀ ਛਾਪੇਮਾਰੀ ਕੀਤੀ, ਤਾਂ ਇੰਨਾ ਹੀ ਉਹਨਾਂ ਨਾਲ ਗੱਲਬਾਤ ਹੋ ਸਕੀ ਜੋ CBI ਦੇ ਮੁਲਾਜ਼ਮ ਆਏ ਸੀ। ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਦਿੱਲੀ ਤੋਂ ਆਏ ਹੈਗੇ ਹਾਂਗੇ, ਕੀ ਲੈ ਕੇ ਚੱਲੇ ਹੈਗੇ ਹਾਂ, ਕੀ ਕੁਛ ਸਾਨੂੰ ਜਾਣਕਾਰੀ ਮਿਲੀ ਹੈ, ਉਹ ਉਹਨਾਂ ਨੇ ਹਾਲਾਂਕਿ ਦੱਸਣ ਤੋਂ ਮਨਾ ਕਰ ਦਿੱਤਾ। ਪਰ ਇਹ ਗੱਲ ਕਹਿ ਸਕਦੇ ਹਾਂਗੇ ਕਿ ਜਿੰਨਾ ਟਾਈਮ ਰੇਡ ਚੱਲੀ ਕਿਤੇ ਨਾ ਕਿਤੇ ਜੋ CM ਨਿਵਾਸ 'ਤੇ ਜੋ ਲੋਕ ਕਹੀਏ ਕਿ CM ਹੁੰਡਾ ਦੇ ਨਿਵਾਸ 'ਤੇ ਜੋ ਲੋਕ ਸੀਗੇ ਉਹਨਾਂ ਦਾ ਸਭ ਤੌਰ 'ਤੇ ਕਹਿਣਾ ਕਿ ਉਹ ਚੀਜ਼ਾਂ ਨਹੀਂ ਉਹਨਾਂ ਨੂੰ ਮਿਲ ਪਾਈਆਂ। ਸਭ ਤੌਰ 'ਤੇ ਇੱਕ ਪੋਲੀਟੀਕਲੀ ਤੌਰ 'ਤੇ ਇਹਨੂੰ ਕਿਤੇ ਨਾ ਕਿਤੇ ਇਹ ਰਣ ਸਿੰਘ ਦੇਖਦੇ ਹੈਗੇ ਨੇ। ਉਹਨਾਂ ਦਾ ਸਭ ਤੌਰ 'ਤੇ ਕਹਿਣਾ ਕਿ ਪੋਲੀਟੀਕਲ ਤੌਰ 'ਤੇ ਜਿਸ ਤਰ੍ਹਾਂ ਦਾ ਜੀਣ ਦਾ ਮਾਹੌਲ ਬਣਿਆ ਹੋਇਆ ਹੈਗਾ ਗਾ, ਉਸ ਨੂੰ ਰੋਕਣ ਲਈ ਹੈ ਜਿਹੜੀ ਭਾਜਪਾ ਇਹ ਇਸ ਤਰ੍ਹਾਂ ਦੀਆਂ ਚਾਲਾਂ ਚੱਲ ਰਹੀ ਹੈਗੀ ਜੀ। ਹਾਂ, ਸਿੱਧੇ ਤੌਰ 'ਤੇ ਤੁਸੀਂ ਵੀ ਕਹਿ ਰਹੇ ਹੋ ਅਤੇ ਅਸੀਂ ਸੁਣ ਰਹੇ ਸੀਗੇ ਹੁਣੇ ਰਣ ਸਿੰਘ ਮਾਨ ਹੋਰਾਂ ਨੂੰ ਜੋ ਕਿ ਕਹਿ ਰਹੇ ਸੀਗੇ ਕਿ ਜੀਨ ਜ਼ਿਮਨੀ ਚੋਣ 'ਚ ਰੈਲੀ ਕਰਨ ਜਾਣਾ ਸੀ ਪਰ ਉਸ ਤੋਂ ਪਹਿਲਾਂ ਛਾਪੇਮਾਰੀ ਜਿਸ ਕਰਕੇ ਭੁਪਿੰਦਰ ਸਿੰਘ ਹੁੱਡਾ ਵੀ ਨਹੀਂ ਜਾ ਸਕੇ। ਸੋ ਸਿੱਧੇ ਤੌਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਸਿਆਸੀ ਰਾਜਨੀਤੀਆਂ ਕਹੀਏ ਕਿ ਵੈਂਡੇਡ ਆ ਪੋਲੀਟਿਕਸ ਦੇ ਤਹਿਤ ਸਾਰੀ ਛਾਪੇਮਾਰੀ ਜਿਹਨੂੰ ਕਾਂਗਰਸ ਪਾਰਟੀ ਕਹਿ ਰਹੀ ਹੈ। ਨਵਨੀਤ, ਦੇਖੋ ਇਹ ਕਿਤੇ ਨਾ ਕਿਤੇ ਕਿਉਂਕਿ ਮਾਹੌਲ ਜਿਸ ਤਰ੍ਹਾਂ ਦਾ ਚੱਲ ਰਿਹਾ ਹੈਗਾ ਗਾ, ਇੱਕ ਪਾਸੇ ਦੇਖਿਆ ਜਾਵੇ ਤਾਂ ਜੀਨ ਦੀ ਜਿਹੜੀ ਉਪ ਚੁਣਾਵ ਨੂੰ ਲੈ ਕੇ ਆ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਅਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਉੱਥੇ ਦਮਖਮ ਲਗਾ ਰਹੀਆਂ ਹੈਗੀਆਂ ਨੇ ਅਤੇ ਉਸ ਤੋਂ ਬਾਅਦ ਇੱਕਦਮ ਦੇ ਦੌਰਾਨ ਜੇ ਕਹੀਏ ਤਾਂ ਅੱਜ ਰੇਡ ਹੁੰਦੀ ਹੈਗੀ ਆ। ਪਹਿਲਾਂ ਜਿਹਨੂੰ ਦੇਖਿਆ ਜਾਵੇ ਤਾਂ ਉਹਨਾਂ ਦੇ ਹਰਿਆਣਾ ਨਿਵਾਸ 'ਤੇ ਹੁੰਦੀ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਚੰਡੀਗੜ੍ਹ ਵਿਖੇ ਜਿੱਥੇ ਉਹਨਾਂ ਦਾ ਸਰਕਾਰੀ ਨਿਵਾਸ ਹੈਗਾ ਭੁਪਿੰਦਰ ਹੁੱਡਾ ਦਾ ਉੱਥੇ ਹੁੰਦੀ ਹੈਗੀ, ਕਈ ਘੰਟੇ ਉਹਨਾਂ ਦੀ ਜਾਂਚ ਚੱਲਦੀ ਹੈਗੀ ਆ, ਉਸ ਤੋਂ ਬਾਅਦ ਕੁਛ ਨਾ ਮਿਲਣਾ। ਤਾਂ ਇਹ ਕਿਤੇ ਨਾ ਕਿਤੇ ਹੋ ਸਕਦਾ ਕਿ CBI ਨੇ ਆਪਣੇ ਨਜ਼ਰੀਏ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜੁਟਾਈਆਂ ਵੀ ਹੋਣ, ਪਰ ਜੋ ਮੌਜੂਦ ਲੋਕ ਨੇ ਉਹ ਇਹੀ ਗੱਲ ਕਹਿੰਦੇ ਨੇ ਅਤੇ ਰਾਜਨੀਤਿਕ ਤੌਰ 'ਤੇ ਇਸ ਪੂਰੇ ਕਿਤੇ ਨਾ ਕਿਤੇ ਆਰੋਪ ਹੁਣ ਫਿਰ BJP 'ਤੇ ਲੱਗਦੇ ਹੋਏ ਨਜ਼ਰ ਆ ਰਹੇ ਨੇ ਕਿ BJP ਜਾਣ ਬੁੱਝ ਕੇ ਇਸ ਟਾਈਮ ਦੇ ਵਿੱਚ ਰੇਡ ਦਾ ਕਰਾਉਣਾ। ਉਹਨਾਂ ਦਾ ਕਿਤੇ ਨਾ ਕਿਤੇ ਇਹੀ ਮਕਸਦ ਹੈਗਾ ਕਿ ਜੋ ਜੀਨ ਦੇ ਵਿੱਚ ਸਿਆਸਤ ਚੱਲ ਰਹੀ ਹੈਗੀ ਆ ਉਹਦੇ ਵਿੱਚ ਢਾਲ ਆਈ ਜਾਵੇ। ਪਰ ਉਹਨਾਂ ਦਾ ਸਭ ਤੋਂ ਉੱਤੇ ਕਹਿਣਾ ਕਿ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈਗਾ ਉਹ ਲੱਗਦਾ ਨਹੀਂ ਹੈਗਾ ਗਾ ਕਿ ਭਾਜਪਾ ਜਿਸ ਸਿਆਸਤ ਦੇ ਨਾਲ ਅੱਗੇ ਚੱਲ ਰਹੀ ਹੈ ਉਹਦਾ ਫਾਇਦਾ ਭਾਜਪਾ ਕਿਤੇ ਨਾ ਕਿਤੇ ਚੱਕਦੀ ਹੋਈ ਨਜ਼ਰ ਆਊ। ਚਲੋ, ਧੰਨਵਾਦ ਸੁਮਿਤ ਸਾਰੀ ਜਾਣਕਾਰੀ ਦੇ ਲਈ। ਸੋ ਬਿਲਕੁਲ ਤਸਵੀਰਾਂ ਐਕਸਕਲੂਸਿਵ ਲਗਾਤਾਰ ਤੁਹਾਨੂੰ ਵਿਖਾ ਰਹੇ ਹਾਂ, ਚੰਡੀਗੜ੍ਹ ਦੀਆਂ ਤਸਵੀਰਾਂ ਨੇ ਜਿੱਥੇ ਹੁਣ ਤੋਂ ਕੁਛ ਕੁ ਦੇਰ ਪਹਿਲਾਂ ਛਾਪੇਮਾਰੀ ਖਤਮ ਹੋਈ ਹੈ। ਚੰਡੀਗੜ੍ਹ ਦੇ ਵਿੱਚ ਸਾਬਕਾ ਮੁੱਖ ਮੰਤਰੀ ਹਰਿਆਣਾ ਭੁਪਿੰਦਰ ਸਿੰਘ ਹੁੱਡਾ ਦੀ ਰਿਹਾਇਸ਼ ਜਿੱਥੇ CBI ਵੱਲੋਂ ਛਾਪੇਮਾਰੀ ਕੀਤੀ ਗਈ ਸੀ। ਇਸ ਤੋਂ ਪਹਿਲਾਂ ਸਵੇਰੇ ਰੋਹਤਕ ਜਿਹੜਾ ਉਹਨਾਂ ਦਾ ਘਰ ਹੈ ਉੱਥੇ ਵੀ ਛਾਪੇਮਾਰੀ ਕੀਤੀ ਗਈ ਸੀ ਅਤੇ ਉਹ ਵੀ ਕੁਛ ਕੁ ਘੰਟੇ ਛਾਪੇਮਾਰੀ ਚੱਲੀ। ਕੁੱਲ ਮਿਲਾ ਕੇ ਮੁਲਕ ਭਰ ਦੇ ਵਿੱਚ 30 ਠਿਕਾਣੇ ਜਿਨ੍ਹਾਂ 'ਤੇ ਅੱਜ CBI ਵੱਲੋਂ ਛਾਪੇਮਾਰੀ ਕੀਤੀ ਗਈ ਹੈ।